ਭਾਜੀ ਬੱਸ ਕਿਉਂ ਮੋੜੀ ਹੈ? ਬਿਲਡਿੰਗ ਆਪਣਾ ਅੱਗੇ ਜਾਮ ਲੱਗਾ ਹੋਇਆ। ਕਿਆ ਹੋਇਆ? ਕਰਿਆ ਕਿਆ ਕੇ ਅੱਗੇ ਬੈਰੀ ਲੜਕ ਗਿਆ ਹੋਇਆ। ਆਇਆ ਨਹੀਂ ਕੋਈ ਚੱਕਣ? ਕੋਈ ਚੱਕਣ ਨਹੀਂ ਆਇਆ। ਕਿੰਨੀ ਦੇਰ ਤੋਂ ਖੜੇ ਰਹੇ? ਅਸੀਂ ਘੰਟਾ ਹੋ ਗਿਆ ਵੇਟ ਕਰਦੇ। ਠੀਕ ਹੈ, ਹੁਣ ਕਿੱਥੇ ਹੋਰ ਜਾਓਗੇ? ਹੁਣ ਅਸੀਂ ਘੁੰਮ ਕੇ ਜਾਓਗੇ ਵੀਰੇ। ਚੱਕਣਾ ਚਾਹੀਦਾ ਸੀ ਪ੍ਰਸ਼ਾਸਨ ਵਾਲੇ ਜੀ। ਪ੍ਰਸ਼ਾਸਨ ਕੋਈ ਨਹੀਂ ਆਇਆ। ਹਾਂਜੀ, ਅੱਜ ਮੇਰਾ ਨਾਂ ਰਣਜੋਤ ਸਿੰਘ ਹੈ ਜੀ, ਪਿੰਡ ਲੰਬੀ। ਅੱਜ ਇੱਥੇ ਕਣਕਾਂ ਦਾ ਬਹੁਤ ਨੁਕਸਾਨ ਹੋਇਆ। ਰਾਤ ਜਿਹੜਾ ਮੀਂਹ ਪਿਆ, ਉਸ ਮੀਂਹ ਦੀ ਵਜ੍ਹਾ ਕਰਕੇ ਸਾਰੀਆਂ ਕਣਕਾਂ ਜਿਹੜੀਆਂ ਉਹ ਡਿੱਗ ਪਈਆਂ, ਕਿਉਂਕਿ ਪਹਿਲਾਂ ਜਿਹੜੀ ਗੜੇਮਾਰੀ ਹੋਈ ਸੀ 15-20% ਨੁਕਸਾਨ ਉਹਦੇ ਨਾਲ ਵੀ ਹੋਇਆ ਸੀ, ਅਤੇ ਅੱਜ ਜਿਹੜੇ ਹੈਗੇ ਇਹਦੇ ਨਾਲ 15-20% ਹੋਰ ਨੁਕਸਾਨ ਹੈ ਜਿਹੜਾ ਹੋ ਗਿਆ। ਆਹ ਤੁਸੀਂ ਦੇਖ ਹੀ ਰਹੇ ਹੋ ਮੇਰੇ ਪਿਛਲੇ ਪਾਸੇ ਕਣਕਾਂ ਕਿਵੇਂ ਡਿੱਗੀਆਂ ਪਈਆਂ, ਅਤੇ ਪਿੰਡ ਲੰਬੀ ਦੇ ਵਿੱਚ ਕਾਫੀ ਨੁਕਸਾਨ ਹੈ ਜਿਹੜਾ ਕਣਕਾਂ ਦਾ ਹੋਇਆ।